ਸਤਿ ਸ਼੍ਰੀ ਅਕਾਲ, ਮੇਰਾ ਨਾਮ ਵਿਪੁਲ ਉਜਵਲ ਹੈ ਅਤੇ ਮੈਂ ਸਟੇਟ ਕੋਵਿਡ ਕੰਟਰੋਲ ਰੂਮ ਦਾ ਮੈਂਬਰ ਹਾਂ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਕੰਟਰੋਲ ਰੂਮ ਵੱਲੋਂ ਜਿਹੜੀ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ, ਉਹ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਲਈ ਹਾਜ਼ਰ ਹਾਂ। ਇਸ ਦਾ ਅੱਜ 22ਵਾਂ ਦਿਨ ਹੈ। ਹੁਣ ਤੱਕ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿੱਚ 18,50,807 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਅਤੇ 1,14,251 ਮੌਤਾਂ ਦਾ ਕਾਰਨ ਬਣਿਆ। ਭਾਰਤ ਵਿੱਚ ਇਸਨੇ 9,152 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ, ਜਿਸ ਤੋਂ ਵਿੱਚ 308 ਮੌਤਾਂ ਸ਼ਾਮਿਲ ਹਨ। ਸਰਕਾਰ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦੀ ਹੈ ਕਿ ਸਾਰੇ 22 ਜ਼ਿਲ੍ਹਿਆਂ ਵਿੱਚ ਆਉਣ ਵਾਲੀ 137 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਨੂੰ ਯਕੀਨੀ ਬਣਾਉਣ ਦੇ ਸਾਰੇ ਪੁਖਤਾ ਕਦਮ ਚੁੱਕੇ ਜਾ ਚੁੱਕੇ ਹਨ। ਇਸ ਦੇ ਲਈ 153 ਮੁੱਖ ਯਾਰਡ ਅਤੇ 280 ਸਬ ਯਾਰਡਾਂ ਸਮੇਤ ਲਗਭਗ 3700 ਖਰੀਦ ਕੇਂਦਰਾਂ ਦਾ ਵਿਸ਼ਾਲ ਢਾਂਚਾ ਸਥਾਪਿਤ ਪੂਰੇ ਸੂਬੇ ਵਿੱਚ ਕੀਤਾ ਜਾ ਚੁੱਕਿਆ ਹੈ। ਇਹ ਜਿਹੜਾ ਕਣਕ ਖਰੀਦ ਦਾ ਸੀਜ਼ਨ ਹੈ ਉਹ 15 ਅਪ੍ਰੈਲ ਤੋਂ ਲੈ ਕੇ 31 ਮਈ ਤੱਕ ਚੱਲਣਾ ਹੈ। ਪਰੰਤੂ ਜੇ ਲੋੜ ਪੈਂਦੀ ਹੈ ਤਾਂ ਸਰਕਾਰ ਇਹਨੂੰ 15 ਜੂਨ ਤੱਕ ਵਧਾਉਣ ਦੀ ਵੀ ਸੋਚ ਸਕਦੀ ਹੈ। ਇਸ ਤੋਂ ਇਲਾਵਾ ਮੰਡੀ ਬੋਰਡ ਦੇ ਮੁੱਖ ਦਫ਼ਤਰ ਅਤੇ ਖਰੀਦ ਏਜੰਸੀਆਂ ਦੇ ਦਫ਼ਤਰਾਂ ਵਿੱਚ 30 ਮੈਂਬਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਤਾਂ ਕਿ ਜੋ ਹਰੇਕ ਜ਼ਿਲ੍ਹੇ ਦੇ ਨਾਲ ਕਣਕ ਖਰੀਦ ਸੰਬੰਧੀ ਤਾਲਮੇਲ ਸਥਾਪਿਤ ਕਰਨ 'ਚ ਕੋਈ ਮੁਸ਼ਕਿਲ ਜਾਂ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਕਣਕ ਦੀ ਕਟਾਈ ਅਤੇ ਖਰੀਦ ਬਾਰੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਹਿਦਾਇਤਾਂ ਅਨੁਸਾਰ ਕਣਕ ਦੀ ਵਾਢੀ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਹੋਵੇਗਾ। ਫਸਲ ਕੱਢਣ ਸਮੇਂ ਕਾਮੇ ਇੱਕ ਦੂਜੇ ਤੋਂ ਘੱਟੋ ਘੱਟ 2 ਮੀਟਰ ਦੀ ਦੂਰੀ ਬਣਾ ਕੇ ਰੱਖਣ, ਥੋੜੇ ਥੋੜੇ ਸਮੇਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣ, ਆਪਣੇ ਹੱਥਾਂ ਨੂੰ ਮੂੰਹ, ਅੱਖਾਂ ਅਤੇ ਨੱਕ ਨੂੰ ਲਗਾਉਣ ਤੇ ਪਰਹੇਜ਼ ਕਰਨ, ਕੰਮ ਕਰਦੇ ਸਮੇਂ ਆਪਣਾ ਨੱਕ ਮੂੰਹ ਢੱਕ ਕੇ ਰੱਖਣ, ਖਾਣ ਪੀਣ ਵੇਲੇ ਵੀ ਇੱਕ ਦੂਜੇ ਤੋਂ ਉਚਿਤ ਦੂਰੀ ਬਣਾ ਕੇ ਬੈਠਣ, ਖੇਤਾਂ ਅਤੇ ਮੰਡੀਆਂ ਵਿੱਚ ਬਿਲਕੁਲ ਵੀ ਨਾ ਥੁੱਕਣ, ਕਿਉਂਕਿ ਥੁੱਕਣ ਨਾਲ ਕੋਰੋਨਾ ਵਾਇਰਸ ਦੇ ਫੈਲਣ ਦਾ ਜਿਹੜਾ ਖਤਰਾ ਹੈ ਉਹ ਵੱਧ ਜਾਂਦਾ ਹੈ। ਇਹਨਾਂ ਤੋਂ ਇਲਾਵਾ ਸਿਰਫ ਉਹੀ ਕਿਸਾਨ ਆਪਣੀ ਕਣਕ ਮੰਡੀ ਵਿੱਚ ਲੈ ਕੇ ਆਉਣ ਜਿਨ੍ਹਾਂ ਨੂੰ ਅੜਤੀਆਂ ਵੱਲੋਂ ਹੋਲੋਗ੍ਰਾਮ ਲੱਗੀ ਹੋਈ ਪਰਚੀ ਦਿੱਤੀ ਗਈ ਹੈ। ਬਿਨਾਂ ਹੋਲੋਗ੍ਰਾਮ ਵਾਲੀ ਪਰਚੀ ਤੇ ਕਣਕ ਮੰਡੀ ਵਿੱਚ ਦਾਖਲ ਨਹੀਂ ਹੋਣ ਦਿੱਤੀ ਜਾਵੇਗੀ। ਮੰਡੀ ਵਿੱਚ ਲਿਜਾਈ ਜਾ ਰਹੀ ਕਣਕ ਨਿਸ਼ਚਿਤ ਕੀਤੀ ਥਾਂ ਉੱਪਰ ਹੀ ਉਤਾਰੀ ਜਾਵੇ। ਟਰੈਕਟਰ ਉੱਪਰ ਡਰਾਈਵਰ ਤੋਂ ਬਿਨਾਂ ਕੋਈ ਹੋਰ ਵਿਅਕਤੀ ਨਾ ਬੈਠੇ। ਟਰਾਲੀ ਵਿੱਚ ਘੱਟੋ ਘੱਟ ਲੇਬਰ ਹੀ ਬੈਠੇ ਅਤੇ ਜੋ ਵੀ ਬੈਠੇ ਉਹ ਉਚਿਤ ਦੂਰੀ ਸੋਸ਼ਲ ਡਿਸਟੈਂਸਿੰਗ ਬਣਾ ਕੇ ਬੈਠੇ। ਮੰਡੀ ਵਿੱਚ ਵੀ ਇਹ ਸਾਵਧਾਨੀਆਂ ਯਕੀਨੀ ਬਣਾਈ ਜਾਣ, ਜਿਵੇਂ ਕਿ ਮੰਡੀ ਵਿੱਚ ਖਾਣ ਪੀਣ ਦੀਆਂ ਜਿਹੜੀ ਸਟਾਲਾਂ ਹੈ ਉਹਨਾਂ ਤੇ ਇਕੱਠ ਨਾ ਕੀਤਾ ਜਾਵੇ। ਦੁਕਾਨਦਾਰ ਵੀ ਆਪਣਾ ਨੱਕ ਮੂੰਹ ਢੱਕ ਕੇ ਰੱਖਣ। ਸਾਰੇ ਵਿਅਕਤੀ ਖਾਣ ਪੀਣ ਲਈ ਆਪਣੇ ਆਪਣੇ ਬਰਤਨਾਂ ਦੀ ਵਰਤੋਂ ਕਰਨ। ਜੇਕਰ ਕਿਸੇ ਵਿਅਕਤੀ ਨੂੰ ਖੰਘ, ਬੁਖਾਰ, ਜ਼ੁਕਾਮ ਆਦਿ ਦੀ ਸ਼ਿਕਾਇਤ ਹੈ ਉਹ ਤੁਰੰਤ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਜਾ ਕੇ ਆਪਣਾ ਚੈੱਕਅਪ ਕਰਵਾਏ। ਜੇ ਸੰਭਵ ਹੋਵੇ ਤਾਂ ਖੇਤਾਂ ਅਤੇ ਪਿੰਡ ਦੀ ਮੰਡੀ ਵਿੱਚ ਉਸੇ ਪਿੰਡ ਦੀ ਲੋਕਲ ਜਿਹੜੀ ਲੇਬਰ ਹੈ ਉਹਨੂੰ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਸ਼ੱਕੀ ਮਾਮਲਿਆਂ ਦੇ ਨਮੂਨਿਆਂ ਦੀ ਜਾਂਚ ਕਰ ਰਹੀ ਹੈ ਅਤੇ ਇਸ ਸੰਬੰਧ ਵਿੱਚ ਰਾਜ ਨੇ ਟੈਸਟ ਲਈ ਟੋਟਲ 4480 ਨਮੂਨੇ ਭੇਜੇ ਹਨ, ਜਿਨ੍ਹਾਂ ਵਿੱਚੋਂ 3858 ਨਮੂਨਿਆਂ ਦੀ ਜਾਂਚ ਨੈਗੇਟਿਵ ਪਾਈ ਗਈ ਹੈ। ਹਾਲਾਂਕਿ ਹੁਣ ਤੱਕ 176 ਨਮੂਨੇ ਪਾਜ਼ਿਟਿਵ ਪਾਏ ਗਏ ਹਨ। ਕੱਲ੍ਹ ਤੱਕ ਇਹ ਜਿਹੜਾ ਅੰਕੜਾ ਸੀਗਾ 170 ਦਾ ਸੀਗਾ। ਬਦਕਿਸਮਤੀ ਨਾਲ ਹੁਣ ਤੱਕ 12 ਲੋਕਾਂ ਦੀ ਸੂਬੇ 'ਚ ਮੌਤ ਹੋ ਚੁੱਕੀ ਹੈ। ਰਾਤ ਦੀ ਗੱਲ ਹੈ ਕਿ ਅੱਜ ਵੀ ਕੋਈ ਮੌਤ ਦਾ ਨਵਾਂ ਕੇਸ ਸਾਡੇ ਸਾਹਮਣੇ ਨਹੀਂ ਆਇਆ ਹੈ। ਅੰਤ ਵਿੱਚ ਅਸੀਂ ਕੋਰੋਨਾ ਵਾਇਰਸ ਦੇ ਖਿਲਾਫ਼ ਇਸ ਲੜਾਈ ਵਿੱਚ ਤੁਹਾਡੇ ਸਹਿਯੋਗ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਲਖ ਲਖ ਵਧਾਈ ਦਿੰਦੇ ਹਾਂ। ਕਿਰਪਾ ਕਰਕੇ ਸਮਾਜਿਕ ਦੂਰੀ ਬਣਾਏ ਰੱਖੋ ਤੇ ਆਪਣੇ ਹੱਥਾਂ ਨੂੰ ਸਾਫ਼ ਰੱਖਣਾ ਨਾ ਭੁੱਲੋ। ਘਰ ਰਹੋ, ਸੁਰੱਖਿਅਤ ਰਹੋ ਤੇ ਸਿਹਤਮੰਦ ਰਹੋ। ਧੰਨਵਾਦ। ਸਤਿ ਸ਼੍ਰੀ ਅਕਾਲ, ਮਾਈ ਨੇਮ ਇਜ਼ ਵਿਪੁਲ ਉਜਵਲ ਐਂਡ ਆਮ ਮੈਂਬਰ ਆਫ ਸਟੇਟ ਕੋਵਿਡ ਕੰਟਰੋਲ ਰੂਮ। ਟੁਡੇ ਆਮ ਹੇਅਰ ਫੋਰ ਡੇਲੀ ਮੀਡੀਆ ਬ੍ਰੀਫਿੰਗ ਬ੍ਰੌਟ ਟੂ ਯੂ ਬਾਈ ਕੰਟਰੋਲ ਰੂਮ। ਟੁਡੇ ਇਜ਼ ਦ 22nd ਡੇ ਫੋਰ ਸ਼ੇਅਰਿੰਗ ਇਨਫੋਰਮੇਸ਼ਨ ਅਬਾਊਟ ਪੰਜਾਬ ਸਟੇਟਸ ਐਫਰਟ ਫੋਰ ਕੰਟਰੋਲਿੰਗ ਕੋਰੋਨਾ ਵਾਇਰਸ ਸਿਚੁਏਸ਼ਨ ਇਨ ਦ ਸਟੇਟ।
Till date, coronavirus has infected 18,50,807 people and caused 1,14,251 deaths worldwide. In case of India, it has infected 9,152 people, including 308 deaths. Government wants to assure you that all the foolproof arrangements have been made to ensure procurement of 137 lakh metric ton of wheat in all the 22 districts of state. For this, a vast infrastructure of approximately 3,700 purchase centers, including 153 main yards and 280 sub yards, has been put in place. The procurement season will commence from 15th April and will last till 31st of the May. And if needed, it can be extended up to 15 June. Apart from it, a 30-member control room has been set up in the Mandi Board's head office and in each of the purchase agencies' offices to coordinate procurement operations with each district. Punjab government has issued precautions that are to be taken while harvesting and selling of the wheat. In mandis, like, the wheat harvesting time will be from 6 a.m. to 7 p.m. While harvesting, workers should keep at least 2 meter distance from each other, wash their hands with soap properly and regularly, avoid touching mouth, nose and eyes, keep their face properly covered and avoid spitting at all cost as it may lead to spread of the virus. Only farmers with official hologram slip will be allowed in the market. No other person except the driver should be on the tractor and minimum labor should be allowed on the trolley. That too should follow social distancing norms. For further precautions, no gathering is allowed at the food stalls. Shopkeepers should also cover their faces. Own utensils should be used for food, and if a person complains of cough, cold or fever, etc., he should immediately go to the nearest government hospital. If possible, labor of the same village should be used in the mandis. To contain the spread of the virus, the Punjab government is testing the samples of suspected cases, and in this regard, the state has sent 4,480 samples for testing, out of which 3,858 samples were tested negative. However, 176 samples were found positive till date. Yesterday, this figure of positive cases was 170. Unfortunately, 12 people have died till date. However, no new death case is reported today. In the end, we thank you all for your support in this battle against the coronavirus and wish you all a very happy Vaisakhi. Please remember to maintain social distance and keep your hands clean. Stay home, stay safe and stay healthy. Thank you.